ਸਤਿ ਸ਼੍ਰੀ ਅਕਾਲ ਦੋਸਤੋ ਖਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸतीश ਕੁਮਾਰ ਗੱਲ ਕਰਾਂਗੇ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਭਾਜਪਾ ਦੇ ਆਏ ਬਿਆਨ ਤੇ ਤੇ ਕਿਸਾਨੀ ਮੁੱਦੇ ਤੇ ਇਹਨਾਂ ਸਭ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੁਖਿੰਦਰ ਸਿੰਘ ਸ਼ੇਰਗਿੱਲ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਸੁਖਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਦਰਸ਼ਕ ਇਸ ਮੌਕੇ ਖਬਰਾਂ ਟੀਵੀ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਖਿੰਦਰ ਜੀ ਭਾਜਪਾ ਦੀ ਇੱਕ ਵੱਡੇ ਆਗੂ ਸ਼ਵੇਤ ਮਲਿਕ ਦਾ ਬਿਆਨ ਆਇਆ ਉਹਨਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦਾ ਹਟੈਸ਼ੀ ਦੱਸਿਆ ਤੁਸੀਂ ਉਸ ਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਦੇਖੋ ਸतीश ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਨਰਿੰਦਰ ਮੋਦੀ ਦੀ ਉਹ ਬੜੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਲਗਭਗ 8 ਨੂੰ 8 ਮਹੀਨੇ ਹੋ ਗਏ ਨੇ ਦਿੱਲੀ ਦੇ ਅਬਰੂਹਾਂ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਜੇਕਰ ਸ਼ਵੇਤ ਮਾਲਿਕ ਜੀ ਕਹਿੰਦੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਜਿਹੜਾ ਲਾਂਗਾ ਖਲਾਉਣ ਦੇ ਵਿੱਚ ਵੱਡੀ ਭੂਮਿਕਾ ਨਰਿੰਦਰ ਮੋਦੀ ਸੀ ਮੋਦੀ ਦੀ ਸੀ ਤੇ ਨਾਲ ਦੀ ਨਾਲ ਜਿਹੜੇ 1984 ਦੇ ਦੰਗਿਆਂ ਦੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾ ਦਿਵਾਉਣ ਦੇ ਵਿੱਚ ਨਰਿੰਦਰ ਮੋਦੀ ਦੀ ਭੂਮਿਕਾ ਸੀ ਪਰ ਇੱਥੇ ਸ਼ਾਇਦ ਉਹ ਆਪਣੇ ਬਿਆਨ ਦੇ ਵਿੱਚ ਭੁੱਲ ਗਏ ਕਿ ਜਿਹੜੇ ਕਿਸਾਨ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਨੇ ਭਾਵੇਂ ਕਿ ਹਿੰਦੂ ਮੁਸਲਮਾਨ ਸਾਰੀਆਂ ਕਮਿਊਨਿਟੀਆਂ ਪ੍ਰੋਟੈਸਟ ਕਰ ਰਹੀਆਂ ਨੇ ਪਰ ਸਭ ਤੋਂ ਜਿਹੜੀ ਵੱਡੀ ਗਿਣਤੀ ਮੰਨੀ ਜਾਵੇ ਕਿਉਂਕਿ ਪੰਜਾਬ ਦੀ ਅਗਵਾਈ ਦੇ ਵਿੱਚ ਅੰਦੋਲਨ ਜਿਹੜਾ ਲਗਾਤਾਰ ਲੱਗਿਆ ਹੋਇਆ ਡਟੇ ਹੋਏ ਨੇ ਦਿੱਲੀ ਦੀਆਂ ਬਰੂਹਾਂ ਦੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਜੇਕਰ ਐਨਯੂ ਹਮਦਰਦ ਨੇ ਤਾਂ ਕਿਸਾਨੀ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹਨਾਂ ਨੂੰ ਵੀ ਰੱਦ ਲੈ ਲੈਣਾ ਕਰ ਲੈਣਾ ਚਾਹੀਦਾ ਸੀ ਜੇਕਰ ਉਹ ਸੱਚਮੁੱਚ ਸਿੱਖਾਂ ਦੇ ਹਤਾਇਸ਼ੀ ਨੇ ਪੰਜਾਬੀਆਂ ਦੇ ਹਤਾਇਸ਼ੀ ਨੇ ਪਰ ਸ਼ਾਇਦ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਸ ਦਾ ਸੇਹਰਾ ਜਾਂਦਾ ਕਿਉਂਕਿ ਮੰਨਿਆ ਜਾਂਦਾ ਕਿ ਜਿਹੜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ Imran Khan ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਾਫੀ ਕਰੀਬੀ ਨੇ ਪਰ BJP ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਲਾਂਗੇ ਦਾ ਸੇਹਰਾ ਜਿਹੜਾ ਉਹ ਨਰਿੰਦਰ ਮੋਦੀ ਸਰਕਾਰ ਨੂੰ ਦਿੱਤਾ ਜਾਵੇ ਸ਼ਾਇਦ ਸ਼ਵੈਤ ਮਾਲਿਕ ਜੀ ਇਸ ਬਿਆਨ ਤੋਂ ਵਾਅਦੇ ਭੁੱਲ ਗਏ ਕਿ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲਣ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਉੱਠ ਰਹੀ ਹੈ ਜੀਪੀਸੀ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਜੀ ਵੀ ਵੱਡੇ ਪੱਧਰ ਤੇ ਇਸ ਮੰਗ ਨੂੰ ਉਠਾ ਚੁੱਕੇ ਨੇ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਮੰਗ ਕੀਤੀ ਹੈ ਤੇ ਸੰਗਤਾਂ ਦੀ ਜਿਹੜੀ ਅਪੀਲ ਹੈ ਜਿਹੜੀ ਗੁਰੂ ਸਾਹਿਬ ਨੇ ਬੜੇ ਲੰਬੇ ਸਮੇਂ ਬਾਅਦ ਅਰਦਾਸ ਸੁਣੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਲਾਂਘਾ ਬੰਦ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜੀ ਸੰਗਤ ਹੈ ਉਹ ਆਵਾਜ਼ ਉਠਾਰੀ ਹੈ ਕਿ ਜਿਹੜਾ ਲਾਂਗਾ ਖੋਲਿਆ ਜਾਵੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਵੀ ਲਗਾਤਾਰ ਵੱਡੇ ਪੁੱਦਰ ਤੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਸਿੱਖਾਂ ਦੀ ਗਿਣਤੀ ਹੈ ਜੇਕਰ ਉਹ ਸੱਚਮੁੱਚ ਸਿੱਖਾਂ ਦੇ ਹਤਾਇਸ਼ੀ ਨੇਤਾ ਜਿਹੜੀਆਂ ਦੋ ਮੰਗਾਂ ਨੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਪਰ ਹੁਣ ਸ਼ਾਇਦ ਜਿਹੜੇ ਭਾਜਪਾ ਦੇ ਬਿਆਨ ਨੇ ਉਹ ਕੁਝ ਹੋਰ ਹੁੰਦੇ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕੁਝ ਹੋਰ ਹੁੰਦੇ ਨੇ ਤਸਵੀਰਾਂ ਦੇ ਵਿੱਚ ਵੀ ਕਈ ਵਾਰ ਦੇਖਿਆ ਜਦ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਹੁੰਦਾ ਸੀ ਤਾਂ ਨਰਿੰਦਰ ਮੋਦੀ ਹੁਰੀ ਜਦੋਂ ਪੰਜਾਬ ਫੇਰੀ ਤੇ ਆਉਂਦੇ ਸਨ ਤਾਂ ਉਹ ਪੱਗ ਵੱਲ ਲੈਂਦੇ ਸਨ ਕੇਸਰੀ ਪੱਗ ਵੱਲ ਲੈਣਾ ਜਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਰਵਾਈਤਾਂ ਨੇ ਉਹਨਾਂ ਨੂੰ ਮੰਨਣਾ ਇੱਕ ਇਹ ਦੋ ਅਲੱਗ-ਅਲੱਗ ਰਵਾਈਤਾਂ ਨੇ ਅਲੱਗ-ਅਲੱਗ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਇਕੱਠੇ ਰੂਪ ਦੇ ਵਿੱਚ ਨਹੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕੇ ਆਉਂਦੇ ਆ ਪਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾ ਰਹੀਆਂ ਸਿੱਖ ਜਿਹੜੇ ਲਗਾਤਾਰ ਅਪੀਲ ਕਰ ਰਹੇ ਨੇ ਕਿ ਕਰਤਾਰਪੁਰ ਲਾਂਘਾ ਖੋਲ ਦਿੱਤਾ ਜਾਵੇ ਪਹਿਲਾ ਕੋਰੋਨਾ ਦੇ ਕਾਰਨ ਜਿਹੜਾ ਕਿਹਾ ਜਾਂਦਾ ਸੀ ਕਿ ਕਰੋਨਾ ਦੇ ਕਾਰਨ ਇਹ ਪਾਬੰਦੀ ਲਾਈ ਗਈ ਹੈ ਪਰ ਹੁਣ ਜਿਹੜੇ ਕਰੋਨਾ ਦੀਆਂ ਪਾਬੰਦੀਆਂ ਲਗਭਗ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਂ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਨੇ ਤਾਂ ਲੰਘਾ ਨੂੰ ਵੀ ਖੋਲ ਦੇਣਾ ਚਾਹੀਦਾ ਤੇ ਨਾਲ ਦੀ ਨਾਲ ਦੂਸਰੇ ਪਾਸੇ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ Imran ਸਰਕਾਰ ਨੇ ਵੀ ਬਾਰ ਬਾਰ ਅਪੀਲ ਕੀਤੀ ਹੈ ਕਿ ਲੰਘੇ ਨੂੰ ਖੋਲ ਦੇਣਾ ਚਾਹੀਦਾ ਇਹ ਇੱਕ ਤਰ੍ਹਾਂ ਦੇ ਨਾਲ ਦੋਸਤੀ ਦਾ ਪੈਗਾਮ ਦੇਣ ਵਾਲਾ ਲੰਘਾ ਹੈ ਪਰ ਇੱਥੇ ਇੱਕ ਚੀਜ਼ ਸਤੀਜੀ ਹੈ ਫਿਰ ਰਾਜਨੀਤਿਕ ਇਸ ਮੁੱਦੇ ਤੇ ਹੋਵੇਗੀ ਜੇਕਰ ਪਾਕਿਸਤਾਨ ਨਾਲ ਹੀ ਦੋਸਤੀ ਦੇ ਸਬੰਧ ਬਣ ਜਾਂਦੇ ਆ ਤਾਂ ਫਿਰ ਇਲੈਕਸ਼ਨ ਦੇ ਵਿੱਚ ਅਸੀਂ ਦੇਖਦੇ ਆ ਕਿ ਅਕਸਰ ਪਿਛਲੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਅਸੀਂ ਉਸ ਤੋਂ ਐਨ ਪਹਿਲਾਂ ਪੁਲਵਾਮਾ ਵਾਲਾ ਹਮਲਾ ਤੁਹਾਨੂੰ ਵੀ ਯਾਦ ਹੋਵੇਗਾ ਤੇ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਕਿ ਪੁਲਵਾਮਾ ਦਾ ਹਮਲਾ ਹੁੰਦਾ ਤੇ ਜਦ ਵੀ ਇਲੈਕਸ਼ਨ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਹਮਲਾ ਜ਼ਰੂਰ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਦੋਸਤੀ ਦਾ ਪੈਗਾਮ ਦੇਣ ਵਾਲਾ ਲੰਘ ਹੈ ਉਹ ਕਿਤੇ ਨਾ ਕਿਤੇ ਇਸ ਰਾਜਨੀਤਿਕ ਮੁੱਦੇ ਦੇ ਵਿੱਚ ਅੜਿੱਕਾ ਜ਼ਰੂਰ ਢਾਉਂਦਾ ਹੈ ਸ਼ਾਇਦ ਤਾਂ ਕਰਕੇ ਜਿਹੜਾ ਇਹ ਮੰਗ ਨਾ ਮੰਨੀ ਜਾਵੇ ਪਰ ਇੱਥੇ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਤੇ ਵਿੱਚ ਵੀ ਵੱਡੇ ਪੱਧਰ ਤੇ ਸਿੱਖ ਬੈਠੇ ਨੇ ਤਾਂ ਜੇਕਰ ਨਰਿੰਦਰ ਮੋਦੀ ਸੱਚਮੁੱਚ ਸਿੱਖਾਂ ਦੇ ਹਤਾਇਸ਼ੀ ਨੇ ਤਾਂ ਉਹਨਾਂ ਨੂੰ ਜ਼ਰੂਰ ਇਹ ਮੰਗਾਂ ਮੰਨ ਲੈਣੀ ਚਾਹੀਦੀ ਹੈ ਜੀ ਤੇ ਦੂਜੇ ਪਾਸੇ ਜਿਹੜੇ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਆਪਣਾ ਅਸ਼wini ਸ਼ਰਮਾ ਜੀ ਉਹਨਾਂ ਨੇ ਜਿਹੜਾ ਪੰਜਾਬ ਕਾਂਗਰਸ ਦੇ ਆਪਸ ਵਿੱਚ ਇਹਨਾਂ ਦਾ 카ਟੋਕਲੇਸ਼ ਚੱਲ ਰਿਹਾ ਉਹਨੂੰ ਵੀ ਇੱਕ ਡਰਾਮਾ ਦੱਸਿਆ ਜੀ ਇੱਥੇ ਹੀ ਤੁਹਾਡੇ ਕੀ ਵਿਚਾਰ ਨੇ ਸਤੀਜ ਜੀ ਦੇਖੋ ਡਰਾਮਾ ਜਾਂ ਨਹੀਂ ਡਰਾਮਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿਉਂਕਿ ਹੁਣ ਤੱਕ ਨਵਜੋਤ ਸਿੰਘ ਸਿੱਧੂ ਹੁਰੀ ਜਿਹਨਾਂ ਮੁੱਦਿਆਂ ਨੂੰ ਚੁੱਕ ਕੇ ਪ੍ਰਧਾਨਗੀ ਦੀ ਜਿਹੜੀ ਕੁਰਸੀ ਆ ਉਸ ਉੱਤੇ ਬੈਠੇ ਨੇ ਉਹਨਾਂ ਮੁੱਦਿਆਂ ਨੂੰ ਇੱਕ ਵਾਰ ਫਿਰ ਤੋਂ ਉਠਾਇਆ ਜਾ ਰਿਹਾ ਨਵਜੋਤ ਸਿੰਘ ਸਿੱਧੂ ਜੇਕਰ ਉਹਨਾਂ ਦੀ ਸਪੀਚ ਦੀ ਗੱਲ ਕੀਤੀ ਜਾਵੇ ਤਾਂ ਸਪੀਚ ਦੇ ਵਿੱਚ ਵੀ ਉਹਨਾਂ ਮੁੱਦਿਆਂ ਨੂੰ ਉਠਾਉਂਦੇ ਰਹੇ ਇੱਕ ਖਾਸ ਗੱਲ ਇਹ ਰਹੀ ਕਿ ਉਹਨਾਂ ਮੁੱਦਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ सीएम साहब मुद्दों ਨੂੰ ਹੱਲ ਕਰਨਾ ਇੱਕ ਤਰ੍ਹਾਂ ਫਿਰ ਉਹ सीएम ਤੇ ਤੰਜ ਕਸਦੇ ਹੋਏ ਨਜ਼ਰ ਆਏ ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਥੋੜਾ ਸੌਫਟ ਰਵਈਆ ਉਹਨਾਂ ਨੇ ਰੱਖਿਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਕੋਈ ਅਜਿਹੀ ਟਿੱਪਣੀ ਨਹੀਂ ਕੀਤੀ ਜਿਹੜੀ ਕਿ ਵਿਵਾਦਿਤ ਹੋਵੇ ਪਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਕਹਿ ਗਏ ਸਨ ਕਿ सीएम ਸਾਹਿਬ ਜਿਹੜੇ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਪਰ ਜਿਗੜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸ਼ਵਨੀ ਸ਼ਰਮਾ ਦੇ ਬਿਆਨ ਦੀ ਉਹ ਬੀਜੇਪੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਮੌਜੂਦ ਹੈ ਮਸਲਿਆਂ ਦੀ ਗੱਲ ਕਰਦੀ ਹੈ ਤਾਂ ਉਹਨਾਂ ਨੂੰ ਮਸਲੇ ਹੱਲ ਕੇਂਦਰ ਦੇ ਪੱਧਰ ਤੇ ਕਰ ਲੈਣੇ ਚਾਹੀਦੇ ਤੇ ਹੁਣ ਤਾਂ ਸੂਬਿਆਂ ਦੇ ਅਧਿਕਾਰਾਂ ਨੂੰ ਵੀ ਸੂਬਿਆਂ ਦੇ ਵਿੱਚ ਵੀ ਬਹੁਤ ਵੱਡੀ ਪਾਵਰ ਦੇ ਵਿੱਚ ਕੇਂਦਰ ਸਰਕਾਰ ਆਪਣੀ ਭੂਮਿਕਾ ਨਿਭਾਉਂਦੀ ਹੈ ਇਸ ਕਾਰਨ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰ ਲੈਣਾ ਚਾਹੀਦਾ ਪਰ ਦੂਸਰੇ ਪਾਸੇ ਜੇਕਰ ਪੰਜਾਬ ਕਾਂਗਰਸ ਦੇ ਡਰਾਮਿਆਂ ਦੇ ਇਲਜ਼ਾਮਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਕਿਸੇ ਸਿਆਸੀ ਆਗੂ ਨੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਹੋਵੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਇਸ ਤਰ੍ਹਾਂ ਦੀ ਟਿੱਪਣੀ ਕਰ ਚੁੱਕਿਆ ਤੇ ਨਾਲ ਦੀ ਨਾਲ ਜਿਹੜਾ ਆਮ ਆਦਮੀ ਪਾਰਟੀ ਆ ਉਹ ਵੀ ਇਸ ਤਰ੍ਹਾਂ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਹੁਰੀ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਚੁੱਕੇ ਨੇ ਜਿਹੜੇ ਸਿਆਸੀ ਵਿਰੋਧੀ ਹੁੰਦੇ ਨੇ ਉਹਨਾਂ ਨੇ ਅਜਿਹੀਆਂ ਟਿੱਪਣੀਆਂ ਕਰਨੀਆਂ ਹੀ ਹੁੰਦੀਆਂ ਨੇ ਪਰ ਇੱਥੇ ਮਸਲਾ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਹੁਰੀ ਜਿਨ੍ਹਾਂ ਮੁੱਦਿਆਂ ਨੂੰ ਉਠਾ ਕੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ਬੈਠੇ ਨੇ ਜੇਕਰ ਉਹ ਹੱਲ ਨਾ ਕਰ पाए ਤਾਂ 2022 ਦੇ ਵਿੱਚ ਹਾਲਾਤ ਕੁਝ ਬਹੁਤੇ ਚੰਗੇ ਨਹੀਂ ਕਾਂਗਰਸ ਦੇ ਲਈ ਹੋਣ ਵਾਲੇ ਕਿਉਂਕਿ ਲੋਕਾਂ ਦਾ ਮਨ ਹੈ ਜਿਹੜਾ ਉਹ ਬਿਲਕੁਲ ਉਤਰ ਚੁੱਕਿਆ ਇਹ ਕਿਤੇ ਨਾ ਕਿਤੇ ਜ਼ਰੂਰ ਹੈ ਕਿ ਜਿਹੜੇ 4.5 ਸਾਲ ਦੀ ਘਾਰਗੁਜ਼ਾਰੀ ਰਹੀ ਹੈ ਕੈਪਟਨ ਸਰਕਾਰ ਦੀ ਉਹ ਕੋਈ ਬਹੁਤੀ کارਗੁਜ਼ਾਰੀ ਚੰਗੀ ਨਹੀਂ ਰਹੀ ਆਮ ਲੋਕ ਵੀ ਇਲਜ਼ਾਮ ਲਾਉਂਦੇ ਆ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਵੀ ਇਲਜ਼ਾਮ ਲਾਉਂਦੀਆਂ ਨੇ ਕਿ ਕੋਈ ਵਾਅਦਾ ਨਹੀਂ ਪੂਰਾ ਕੀਤਾ ਗਿਆ ਭਾਵੇਂ ਕਿ ਕੈਪਟਨ ਸਰਕਾਰ ਖੁਦ 86% ਦੇ ਜਿਹੜੇ ਵਾਅਦੇ ਨੇ ਉਹ ਪੂਰੇ ਕਰਨ ਦੀ ਗੱਲ ਆਖਦੀ ਹੈ ਪਰ ਇੱਥੇ ਲੱਗਦਾ ਨਹੀਂ ਕਿ ਜਿਹੜੇ ਵਾਅਦੇ ਪੂਰੇ ਹੋਏ ਨੇ ਕਿਉਂਕਿ ਇੱਕ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਸਰ ਕੀਤੀ ਸੀ ਜਿਹੜੀ ਕਿ ਖਬਰਾਂ ਟੀਵੀ ਤੇ ਜ਼ਰੂਰ ਤੁਸੀਂ ਦੇਖੀ ਹੋਣੀ ਕਿ ਮਈ ਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਉਹ ਹਾਲਾਤ ਮਹਾਰਾਣੀ ਪ੍ਰਨੀਤਕੌਰ ਦਾ ਲੋਕ ਸਭਾ ਦਾ ਇਲਾਕਾ ਜਿੱਥੇ ਉਸ ਤਰ੍ਹਾਂ ਦੇ ਹਾਲਾਤ ਨੇ ਮਹੀਨੇ ਬੜੀਆਂ ਪੋਲਾ ਸਰਕਾਰ ਦੀਆਂ ਖੋਲੀਆਂ ਸੀ ਬੇਅਦਬੀ ਮੁੱਦੇ ਤੇ ਵੀ ਕਿਤੇ ਤੱਕ ਪਹੁੰਚੀ ਨਹੀਂ ਸਰਕਾਰ ਤੇ ਨਾਲ ਦੀ ਨਾਲ ਜਿਹੜਾ ਨਸ਼ੇ ਦਾ ਵਪਾਰ ਸੀ ਉਹ ਵੀ ਉਸੇ ਤਰ੍ਹਾਂ ਰੇਤ mafia ਵੀ ਉਸੇ ਤਰ੍ਹਾਂ ਸ਼ਰਾਬ mafia ਵੀ ਟਰਾਂਸਪੋਰਟ mafia ਵੀ ਕੇਵਲ mafia ਵੀ ਸਾਰੇ ਉਸੇ ਤਰ੍ਹਾਂ ਚੱਲਦੇ ਆ ਰਹੇ ਆ ਪਰ ਗੱਲ ਇਹ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਸਭ ਦੀ ਨਜ਼ਰ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੁਰਸੀ ਤੇ ਤਾਂ ਬਿਰਾਜਮਾਨ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਖਿਲਾਫ ਆਵਾਜ਼ ਚੁੱਕ ਕੇ ਗਾਂਧੀ ਜਿਹੜਾ ਗਾਂਧੀ ਦਰਬਾਰ ਹੈ ਰਾਹੁਲ ਗਾਂਧੀ ਸੋਨੀਆ ਗਾਂਧੀ ਪਸ਼ੋਕੜ ਦੇ ਵਿੱਚ ਗਾਂਧੀ ਪਰਿਵਾਰ ਦਾ ਜਿਹੜਾ ਦਰਬਾਰ ਹੈ ਉਸ ਦੇ ਵਿੱਚ ਆਪਣੀ ਧੌਂਸ ਤਾਂ ਜਮਾਉਣ ਦੇ ਵਿੱਚ ਕਾਮਯਾਬ ਰਹੇ ਨੇ ਤੇ ਲੋਕਾਂ ਦੇ ਵਿੱਚ ਵੀ ਹਰਮਨ ਪਿਆਰੇ ਹੋਏ ਨੇ ਇਸ ਕਾਰਨ ਪਰ ਹੁਣ ਦੇਖਣਾ ਇਹ ਹੋਵੇਗਾ ਕਿਉਂਕਿ ਪ੍ਰਧਾਨਗੀ ਦਾ ਅਹੁਦਾ ਜਿਹੜਾ ਗੈਰ ਸੰਵਿਧਾਨਿਕ ਅਹੁਦਾ ਹੈ ਤੇ ਉਸ ਉੱਤੇ ਉਹ ਬੈਠੇ ਨੇ ਜਾਂ ਤਾਂ ਉਹਨਾਂ ਦੀ ਮਨਸ਼ਾ ਸਰਪ੍ਰਦਾਨਗੀ ਦਾ ਅਹੁਦਾ ਲੈਣ ਦੀ ਸੀ ਜਾਂ ਫਿਰ ਪੰਜਾਬ ਦੇ ਮਸਲੇ ਹੱਲ ਕਰਨ ਦੀ ਜੇਕਰ ਮਨਸ਼ਾ ਹੋਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਜਿਹੜਾ ਸਮਾਂ ਹੈ ਉਹ ਬੜਾ ਘੱਟ ਰਹਿ ਗਿਆ ਕਿਉਂਕਿ ਨਵੰਬਰ ਦਸੰਬਰ ਦੇ ਵਿੱਚ ਤਾਂ ਜਾ ਕੇ ਇਲੈਕਸ਼ਨ ਦਾ ਜਿਹੜਾ ਉਹ ਕੀ ਹੁੰਦਾ ਚੋਣ ਜਾਬਤਾ ਜਿਹੜਾ ਉਹ ਲੱਗ ਜਾਣਾ ਤੇ ਉਸ ਤੋਂ ਪਹਿਲਾਂ ਕਿੰਨਾ ਸਮਾਂ ਫਰਵਰੀ ਮਾਰਚ ਦੇ ਵਿੱਚ ਇਲੈਕਸ਼ਨ ਹੋਣੀ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਣਾ ਤੇ ਜੁਲਾਈ ਅਗਸਤ ਹੁਣ ਚੱਲੀ ਜਾਂਦਾ ਤਾਂ ਜਿਹੜਾ ਸਮਾਂ ਉਹ ਬਹੁਤ ਘੱਟ ਰਹਿ ਗਿਆ ਇਸ ਕਾਰਨ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਸ਼ਨਾਂ ਦੇ ਵਿੱਚੋਂ ਨਿਕਲਣਾ ਚਾਹੀਦਾ ਤੇ ਪੰਜਾਬ ਦੇ ਜਿਹੜੇ ਅਸਲ ਮੁੰਡੇ ਨੇ ਉਹਨਾਂ ਦੇ ਵੱਲ ਆਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਹੁਣ ਤੱਕ ਜਿੰਨੇ ਵੀ ਮੁੱਦੇ ਚੁੱਕੇ ਨੇ ਉਹ ਪੰਜਾਬ ਦੇ ਵਿੱਚ ਅਣਸੁਲਝੇ ਰਹੇ ਨੇ 4.5 ਸਾਲ ਦਾ ਜਿਹੜਾ ਸਮਾਂ ਉਹ ਕੈਪਟਨ ਸਰਕਾਰ ਨੂੰ ਹੋ ਗਿਆ ਉਸ ਤੋਂ ਪਹਿਲਾਂ ਜਿਹੜਾ ਬੇਅਦਬੀ ਦਾ ਮੁੱਦਾ ਹੈ 2 ਸਾਲ ਕਰੀਬ-ਕਰੀਬ 2 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਸੀ ਤੇ ਨਾ ਤਾਂ ਉਹਨਾਂ ਤੋਂ ਹੱਲ ਹੋਇਆ ਤੇ ਉਹਨਾਂ ਦਾ ਜਿਹੜਾ ਉਸ ਚੀਜ਼ ਦਾ ਭੁਗਤਣਾ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਿਆ ਸੀ ਸੱਤਾ ਦੇ ਵਿੱਚ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਦਾ ਸਭ ਤੋਂ ਬੁਰਾ ਹਾਲ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਕਾਰਨ ਹੁਣ ਇਹ ਨਾ ਹੋਵੇ ਕਿ ਜੇਕਰ ਬੇਅਦਬੀ ਦੇ ਮੁੱਦੇ ਤੇ ਕੈਪਟਨ ਸਰਕਾਰ ਕੁਝ ਨਾ ਕਰ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਤੇ ਹਾਲਾਤ ਵੀ 2017 ਦੇ ਵਿੱਚ ਜਿਹੜੇ ਅ ਅਕਾਲੀ ਦਲ ਦੇ ਹੋਏ ਸੀ ਉਹ ਹੋ ਸਕਦੇ ਆ ਪਰ ਨਾਲ ਦੀ ਨਾਲ ਜਿਹੜੀਆਂ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਇੱਕ ਵਾਰ ਫਿਰ ਤੋਂ ਭਲਕੇ ਦੀ ਗੱਲ ਕੀਤੀ ਜਾਵੇ ਤਾਂ ਕੱਲ ਜਿਹੜਾ ਬੀਤੇ ਕੱਲ ਲੰਘਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਸਨ ਕਿ ਅ ਅਸੀਂ ਮਸਲੇ ਹੱਲ ਕਰਾਂਗੇ ਪਰ ਹੁਣ ਮਸਲੇ ਹੱਲ ਕਿਵੇਂ ਹੋਣਗੇ ਇਹ ਤਾਂ ਜਾਂ ਤਾਂ ਸਿੱਧੂ ਸਾਹਿਬ ਦੱਸ ਸਕਦੇ ਆ ਜਾਂ ਆਉਣ ਵਾਲਾ ਵਕਤ ਦੱਸ ਸਕਦੇ ਆ ਉਹ ਅ ਹਮੇਸ਼ਾ ਇਸ ਤਰ੍ਹਾਂ ਗੱਲ ਕਰਦੇ ਆ ਜਿਸ ਤਰ੍ਹਾਂ ਵਿਰੋਧੀ ਪਾਰਟੀ ਦਾ ਇੱਕ ਪ੍ਰਧਾਨ ਕੱਲ ਕਰਦਾ ਹੁੰਦਾ ਨਾ ਕਿ ਸੱਤਾਧਰ ਦਾ ਪ੍ਰਧਾਨ ਹੁਣ ਉਹ ਸੱਤਾਧਰ ਪਾਰਟੀ ਦੇ ਪ੍ਰਧਾਨ ਨੇ ਤੇ ਸੀਐਮ ਵੀ ਉਹਨਾਂ ਦਾ ਸੱਤਾ ਵੀ ਉਹਨਾਂ ਦੀ ਆ ਪਾਰਟੀ ਵੀ ਉਹਨਾਂ ਦੀ ਤੇ ਪ੍ਰਧਾਨ ਵੀ ਉਹਨੇ ਹੁਣ ਜਿਹੜੇ ਪੰਜਾਬ ਦੇ ਅਨਸੁਲਝੇ ਮੁੱਦੇ ਨੇ ਉਹ ਭਾਵੇਂ ਬੇਅਦਬੀ ਦਾ ਮੁੱਦਾ ਹੋਵੇ, ਸ਼ਰਾਬ mafia ਦਾ ਹੋਵੇ, ਰੇਤ mafia ਦਾ ਹੋਵੇ, ਟ੍ਰਾਂਸਪੋਰਟ mafia ਦਾ ਹੋਵੇ, ਕੇਬਲ mafia ਦਾ ਹੋਵੇ, ਸਾਰੇ ਜਿਉਂ ਦੇ ਤਿਉਂ ਬਣੇ ਹੋਏ ਨੇ। ਹਮੇਸ਼ਾ ਆਪਣੇ ਭਾਸ਼ਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਆ ਕਿ ਜੀਜਾ ਸਾਲਾ ਰਹਿਣ ਨਹੀਂ ਦੇਣਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ। ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਹੁਕੇੜ ਦੇ ਨਜ਼ਰ ਆਉਂਦੇ ਆ। ਅਕਾਲੀ ਦਲ ਦਾ ਸ਼੍ਰੀਆਮ ਨਾਲ ਲੈਂਦੇ ਆ, ਬਾਦਲ ਪਰਿਵਾਰ ਦਾ ਸ਼੍ਰੀਆਮ ਨਾਮ ਲੈਂਦੇ ਆ ਤੇ ਆਪਣੀ ਸਪੀਚ ਦੇ ਵਿੱਚ ਫਿਰ ਜਿਹੜੀ ਉਹਨਾਂ ਦੀ ਤਾਜਪੋਸ਼ੀ ਦੇ ਵਿੱਚ ਸੀ ਉਸ ਦੇ ਵਿੱਚ ਵੀ ਉਹ ਸੁਖਵੀਰ ਬਾਦਲ ਤੇ ਵਿਕਰਮ ਮਜੀਠੀਆ ਦਾ ਨਾਮ ਲੈਂਦੇ ਹੋਏ ਦਿਖਾਈ ਦਿੱਤੇ ਤੇ ਜਿਹੜਾ ਨਸ਼ੇ ਦਾ ਮੁੱਦਾ ਹੈ ਉਸ ਦੇ ਵਿੱਚ ਉਹ ਵਿਕਰਮ ਮਜੀਠੀਆ ਦਾ ਸ਼੍ਰੀਆਮ ਨਾਮ ਲੈਂਦੇ ਹੁਣ ਦੇਖਣਾ ਇਹ ਹੋਏਗਾ ਕਿ ਕੀ ਬਾਦਲ ਪਰਿਵਾਰ ਤੇ ਜਿਹੜੀ ਕਾਰਵਾਈ ਹੁੰਦੀ ਹੈ ਤੇ ਨਾਲ ਦੀ ਨਾਲ ਵਿਕਰਮ ਮਜੀਠੀ ਅਤੇ ਕੀ ਕਾਰਵਾਈ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਖੁਦ ਕਹਿ ਚੁੱਕਿਆ ਕਿ ਜੇਕਰ ਉਹਨਾਂ ਨੂੰ ਹੁਣ ਬਾਪ ਪਾਰਟੀ ਦਾ ਪ੍ਰਧਾਨ ਬਣ ਚੁੱਕੇ ਨੇ ਜੇਕਰ ਉਹਨਾਂ ਨੂੰ ਲੱਗਦਾ ਕਿ ਬੇਆਦਬੀ ਦਾ ਮੁੱਦਾ ਜਿਹੜਾ ਉਹ ਉਠਾਉਂਦੇ ਰਹੇ ਨੇ ਦਲਜੀਤ ਸਿੰਘ ਚੀਮਾ ਹੋਰਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਬੇਆਦਬੀ ਦਾ ਮੁੱਦਾ ਉਠਾਉਂਦੇ ਤਾਂ ਰਹੇ ਪਰ ਹੁਣ ਕੀ ਕਰ ਰਹੇ ਨੇ ਉਹ ਇਹ ਦਲਜੀਤ ਸਿੰਘ ਝੀਮਾ ਹੋਰਾਂ ਦਾ ਬਿਆਨ ਹੈ ਇਸ ਕਾਰਨ ਹੁਣ ਪ੍ਰਧਾਨ ਸਾਹਿਬ ਨੂੰ ਜਲ ਤੋਂ ਜਲਦ ਕੁਝ ਨਾ ਕੁਝ ਕਰਨਾ ਚਾਹੀਦਾ ਨਾ ਕਿ ਕੈਪਟਨ ਵਾਂਗ ਫਿਰ ਇਲਜ਼ਾਮਾਂ ਦਾ ਦੌਰ ਉਹਨਾਂ ਤੇ ਵੀ ਸ਼ੁਰੂ ਹੋ ਜਾਣਾ ਉਹ ਇੱਕ ਵਿਰੋਧੀ ਧਿਰ ਪਾਰਟੀ ਦੇ ਤੌਰ ਤੇ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਹੁਣ ਪਰ ਉਹ ਸ਼ਾਇਦ ਭੁੱਲ ਗਏ ਨੇ ਕਿ ਸੱਤਾਧਿਰ ਪਾਰਟੀ ਦੇ ਪ੍ਰਧਾਨ ਨੇ ਹੁਣ ਸਿੱਧੂ ਸਾਹਿਬ ਦੱਸਣ ਜਾਉਣ ਵਾਲਾ ਵਕਤ ਹੀ ਦੱਸ ਸਕਦਾ ਕਿ ਇਹਨਾਂ ਮਸਲਿਆਂ ਦਾ ਹੱਲ ਕੀ ਹੋਣਾ ਜੀ ਜੀ ਤੇ ਦੂਜੇ ਪਾਸੇ ਆਪਾਂ ਕਿਸਾਨਾਂ ਦੀ ਗੱਲ ਕਰ ਲਈ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਦੀ ਸੌਂਚ ਮਤਲਬ ਕਿ ਬੈਠੇ ਨੇ ਜਾਂ ਕੁਰਸੀ ਦੇ ਬੈਠੇ ਨੇ ਉਸ ਤੋਂ ਬਾਅਦ ਉਹਨਾਂ ਦਾ ਥੋੜਾ ਜਿਹਾ ਵਿਰੋਧ ਹੋ ਰਿਹਾ ਉਹਦਾ ਕੀ ਮਸਲਾ ਹੈ ਜੀ ਉਹਦੇ ਵਿੱਚ ਅਸਤੀਜੀ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਆਪਣੇ ਸਪੀਚ ਦੇ ਵਿੱਚ ਜੋ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਮੇਰਾ ਕਾਂਗਰਸ ਭਵਨ ਦੇ ਵਿੱਚ ਜਿਹੜਾ 15 ਸ ਤੋਂ ਬਾਅਦ ਜੀ ਹਾਂ ਕੁਰਸੀ ਲੱਗ ਜਾਏਗੀ ਜਾਂ ਬਿਸਤਰਾ ਲੱਗ ਜਾਏਗਾ ਉਸ ਤੋਂ ਬਾਅਦ ਕਿਸਾਨ ਮੈਨੂੰ ਮਿਲ ਸਕਦੇ ਆ ਪਰ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਆ ਜਿਹੜਾ ਵੱਡੇ ਪੱਧਰ ਤੇ ਹੋਇਆ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਜਿਹੜਾ ਸਮੁੰਦਰ ਆ ਉਹ ਨਦੀਆਂ ਚ ਨਹੀਂ ਆਉਂਦਾ ਨਦੀ ਸਮੁੰਦਰਾਂ ਚ ਆਉਂਦੇ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕਿਸਾਨ ਆਗੂਆਂ ਵੱਲੋਂ ਕੀਤੀਆਂ ਗਈਆਂ ਨੇ ਪਰ ਉਹਨਾਂ ਦੇ ਵਿੱਚ ਕਈ ਆਗੂਆਂ ਨੇ ਜਿਹੜਾ ਵੱਡੇ ਪੱਧਰ ਤੇ ਵਿਰੋਧ ਕੀਤਾ ਪਰ ਕਿਤੇ ਨਾ ਕਿਤੇ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਵਿੱਚ ਉਹ ਕੁਝ ਨਾ ਕੁਝ ਸਪਸ਼ਟ ਕਰਦੇ ਹੋਏ ਵੀ ਦਿਖਾਈ ਦਿੱਤੇ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਕੋਲ ਮੈਂ ਨੰਗੇ ਪੈਰੀ ਵੀ ਜਾ ਸਕਦਾ ਜੇਕਰ ਉਹ ਮੈਨੂੰ ਬੁਲਾਉਣਗੇ ਪਰ ਹੁਣ ਗੱਲ ਫੇਰ ਉੱਥੇ ਹੀ ਆ ਕਿ ਜੇਕਰ ਬੁਲਾਉਣਗੇ ਪਰ ਜਦ ਹਮੇਸ਼ਾ ਉਹ ਕਹਿੰਦੇ ਰਹਿ ਆ ਕਿ ਮੈਂ ਕਿਸਾਨਾਂ ਦੇ ਨਾਲ ਆ ਤਾਂ ਸਿੰਘੂ ਬਾਰਡਰ ਜਾਣ ਟਿੱਕਰੀ ਬਾਰਡਰ ਜਾਣ ਜਾਂ ਹੋਰ ਅਗਾਜੇਵਾਦ ਬਾਰਡਰ ਜਾਣ ਜਿੱਥੇ ਵੀ ਉਹ ਜਾ ਸਕਦੇ ਆ ਉੱਥੇ ਜ਼ਰੂਰ ਜਾਣਾ ਚਾਹੀਦਾ ਕਿ ਤੇ ਕਿਸਾਨਾਂ ਦਾ ਮਸਲਾ ਜ਼ਰੂਰ ਉਠਾਉਣਾ ਚਾਹੀਦਾ ਪਰ ਇੱਥੇ ਸ਼ਾਇਦ ਉਹ ਭੁੱਲ ਜਾਂਦੇ ਆ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਭਾਜਪਾ ਦੀ ਸਰਕਾਰ ਹੈ ਇਸ ਕਰਨਾ ਕਿਸਾਨਾਂ ਦਾ ਮਸਲਾ ਜਿਹੜਾ ਉਹ ਕੇਂਦਰ ਸਰਕਾਰ ਕੋਲ ਹੈ ਸ਼ਾਇਦ ਕਿਤੇ ਨਾ ਕਿਤੇ ਉਹ ਉਸ ਮਸਲੇ ਦੇ ਵਿੱਚ ਫਿਲਹਾਲ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਕਾਂਗਰਸ ਪਾਰਟੀ ਕੇਂਦਰ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਉਹ ਸੱਤਾਧਿਰ ਦੇ ਵਿੱਚ ਜੋ ਕੁਝ ਵੀ ਕਰਨਾ ਸੀ ਉਹ ਕੈਪਟਨ ਸਰਕਾਰ ਪਹਿਲੇ ਹੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕਰ ਚੁੱਕੀ ਹੈ ਪਰ ਹੁਣ ਜਿਹੜਾ ਮਸਲਾ ਹੈ ਉਹ ਲਗਾਤਾਰ ਕਿਸਾਨ ਆਗੂਆਂ ਵੱਲੋਂ ਚੁੱਕਿਆ ਜਾ ਰਿਹਾ ਤੇ ਨਾਲ ਦੀ ਨਾਲ ਕਿਸਾਨ ਆਗੂਆਂ ਨੇ ਉਹਨਾਂ ਨੂੰ ਉਸ ਮੁੱਦੇ ਤੇ ਵੀ ਘੇੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਮੋਗਾ ਦੇ ਵਿੱਚ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤੇ ਨਾਲ ਦੀ ਨਾਲ ਕਈ ਮੌਤਾਂ ਵੀ ਹੋਈਆਂ ਨੇ ਤਾਜਪੋਸ਼ੀ ਦਾ ਪ੍ਰੋਗਰਾਮ ਹੁੰਦਾ ਪਰ ਉਸ ਤੋਂ ਬਾਅਦ ਸ਼ਾਮ ਨੂੰ ਉਸ ਦਿਨ ਸ਼ਾਮ ਨੂੰ ਜ਼ਰੂਰ ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਮਿਲਦੇ ਆ ਪਰ ਕਿਤੇ ਨਾ ਕਿਤੇ ਫਸਦੇ ਜ਼ਰੂਰ ਨਜ਼ਰ ਆ ਰਹੇ ਨੇ ਸ਼ਰਮਣ ਅਕਾਲੀ ਦਲ ਵੀ ਜਿਹੜਾ ਪੂਰੀ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਨਵਜੋਤ ਸੰਗ ਸਿੱਧੂ ਹੋਰਾਂ ਨੂੰ ਘੇਰਿਆ ਜਾਵੇ ਤੇ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਲਗਾਤਾਰ ਘੇਰਦੀਆਂ ਨਜ਼ਰ ਆ ਰਹੀਆਂ ਨੇ ਪਰ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵੀ ਕਿਤੇ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਪਰ ਇਤਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਦੇਖਦੇ ਹੋਏ ਉਹਨਾਂ ਨੇ ਪੈਰ ਜ਼ਰੂਰ ਪਿੱਛੇ ਹਟਾਏ ਨੇ ਆਪਣੇ ਬਿਆਨ ਤੋਂ ਪਰ ਹਲੇ ਵੀ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਬੁਲਾਉਂਦੇ ਆ ਤਾਂ ਮਨੰਗੇ ਪੈਰੀ ਜਾਣ ਨੂੰ ਤਿਆਰ ਆ ਪਰ ਹਰ ਇੱਕ ਵਿਅਕਤੀ ਦਾ ਹਰ ਇੱਕ ਪੰਜਾਬੀ ਦਾ ਹਰ ਇੱਕ ਭਾਰਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕਿਸਾਨੀ ਅੰਦੋਲਨ ਦੇ ਵਿੱਚ ਜ਼ਰੂਰ ਜਾਵੇ ਤੇ ਆਪਣੀ ਜਿਹੜੀ ਡਿਊਟੀ ਹੈ ਜ਼ਰੂਰ ਨਿਭਾਵੇ ਜੀ ਸੁਖਵਿੰਦਰ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਜੀ ਬਹੁਤ-ਬਹੁਤ ਸ਼ੁਕਰੀਆ ਜਿੰਨੇ ਵੀ ਸਾਡੇ ਦਰਸ਼ਕ ਇਸ ਦੌਰਾਨ ਜੁੜੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਦੋਸਤੋ ਏ ਸੀ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਦੇ ਇਜਾਜ਼ਤ ਧੰਨਵਾਦ